ਹੈਲੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕੈਪਟਨ ਸਮਾਰਟ ਕਨੈਕਟ ਜੋ ਫੋਨ ਕੈਪਟਨ ਅਮਰਿੰਦਰ ਸਿੰਘ ਦੁਆਰਾ ਪਲੱਸ 2 ਵਾਲੇ ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ ਉਸ ਦਾ ਵਾਲਪੇਪਰ ਕਿਵੇਂ ਚੇਂਜ ਕਰ ਸਕਦੇ ਹਾਂ ਉਸ ਦੇ ਲਈ ਕੁਝ ਸਟੈਪ ਦੇਖਾਂਗੇ ਜੇਕਰ ਤੁਹਾਨੂੰ ਵੀ ਇਹ ਫੋਨ ਮਿਲਿਆ ਹੈ ਅਤੇ ਤੁਸੀਂ ਚਾਹੁੰਦੇ ਹੋ ਇਸ ਦਾ ਵਾਲਪੇਪਰ ਚੇਂਜ ਕਰਨਾ ਤਾਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਕਿਸੇ ਵੀ ਫੋਨ ਦੇ ਵਾਲਪੇਪਰ ਨੂੰ ਚੇਂਜ ਕਰਨ ਦੇ ਅੱਜ ਆਪਾਂ ਦੋ ਆਸਾਨ ਤਰੀਕਿਆਂ ਬਾਰੇ ਗੱਲ ਕਰਾਂਗੇ ਜਿਸ ਵਿੱਚ ਪਹਿਲੇ ਤਰੀਕੇ ਵਿੱਚ ਆਪਾਂ ਫੋਨ ਦੀ ਸੈਟਿੰਗ ਵਿੱਚ ਜਾਣਾ ਹੈ ਅਤੇ ਇਸ ਤੋਂ ਬਾਅਦ ਡਿਸਪਲੇ ਵਾਲੇ ਆਪਸ਼ਨ ਨੂੰ ਓਪਨ ਕਰਨਾ ਹੈ ਇਸ ਤੋਂ ਬਾਅਦ ਆਪਾਂ نیچے ਸਕਰੋਲ ਕਰਾਂਗੇ ਅਤੇ ਇੱਥੇ ਆਪਾਂ ਲੱਭਾਂਗੇ ਸੈੱਟ ਵਾਲਪੇਪਰ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇਸ ਫੋਨ ਵਿੱਚ ਵਾਲਪੇਪਰ ਦੀ ਆਪਸ਼ਨ ਆਪਾਂ ਨੂੰ ਕਿਤੇ ਵੀ ਨਹੀਂ ਦਿਖ ਰਹੀ ਤਾਂ ਇੱਥੇ ਆਪਾਂ ਗੱਲ ਕਰਾਂਗੇ ਦੂਸਰੇ ਤਰੀਕੇ ਬਾਰੇ ਦੂਸਰੇ ਤਰੀਕੇ ਵਿੱਚ ਦੋਸਤੋ ਆਪਾਂ ਖੋਲਣਾ ਹੈ ਪਲੇ ਸਟੋਰ ਅਤੇ ਇੱਥੇ ਸਰਚ ਕਰਨਾ ਹੈ ਗੂਗਲ ਵਾਲਪੇਪਰ ਗੂਗਲ ਵਾਲਪੇਪਰ ਸਰਚ ਕਰਨ ਤੋਂ ਬਾਅਦ ਆਪਣੇ ਕੋਲ ਵਾਲਪੇਪਰਜ਼ ਨਾਂ ਦੀ ਐਪ ਆ ਜਾਵੇਗੀ ਜਿਸ ਨੂੰ ਆਪਾਂ ਇੰਸਟਾਲ ਕਰ ਲੈਣਾ ਹੈ ਇੰਸਟਾਲ ਹੋਣ ਤੋਂ ਬਾਅਦ ਆਪਾਂ ਐਪ ਨੂੰ ਓਪਨ ਕਰਨਾ ਹੈ ਅਤੇ ਜਦੋਂ ਆਪਾਂ ਐਪ ਨੂੰ ਓਪਨ ਕਰਾਂਗੇ ਤਾਂ ਇੱਥੇ ਆਪਾਂ ਨੂੰ ਕਾਫੀ ਸਾਰੇ ਵਾਲਪੇਪਰ ਦਿਖਾਈ ਦੇਣਗੇ ਜਿਨ੍ਹਾਂ ਵਿੱਚੋਂ ਆਪਾਂ ਕਿਸੇ ਵੀ ਵਾਲਪੇਪਰ ਨੂੰ ਸਿਲੈਕਟ ਕਰਕੇ ਉਸ ਨੂੰ ਆਪਾਂ ਆਪਣੀ ਹੋਮ ਸਕਰੀਨ ਅਤੇ ਲੋਕ ਸਕਰੀਨ ਉੱਪਰ ਲਗਾ ਸਕਦੇ ਹਾਂ ਅਤੇ ਇਹ ਬਹੁਤ ਹੀ ਆਸਾਨ ਤਰੀਕਾ ਹੈ ਵਾਲਪੇਪਰ ਚੇਂਜ ਕਰਨ ਦਾ ਪਰ ਜੇਕਰ ਆਪਾਂ ਗੱਲ ਕਰੀਏ ਕੈਪਟਨ ਸਮਾਰਟ ਕਨੈਕਟ ਫੋਨ ਬਾਰੇ ਤਾਂ ਇਸ ਵਿੱਚ ਅਜਿਹੀ ਕੋਈ ਆਪਸ਼ਨ ਨਹੀਂ ਆਉਂਦੀ। ਬਲਕਿ ਇੱਥੇ ਆਪਾਂ ਨੂੰ ਇੱਕ ਮੈਸੇਜ ਲਿਖਿਆ ਆਉਂਦਾ ਹੈ ਜਿਸ ਵਿੱਚ ਲਿਖਿਆ ਹੈ ਕਿ ਸੈਟਿੰਗ ਅ ਵਾਲਪੇਪਰ ਇਜ਼ ਡਿਸੇਬਲਡ ਬਾਏ ਯੂਅਰ ਡਿਵਾਈਸ ਐਡਮਿਨਿਸਟਰੇਟਰ। ਜਿਸ ਦਾ ਮਤਲਬ ਇਹ ਹੈ ਕਿ ਜੋ ਕੰਪਨੀ ਨੇ ਫੋਨ ਬਣਾਇਆ ਹੈ ਉਹਨਾਂ ਨੇ ਇਸ ਫੋਨ ਵਿੱਚ ਵਾਲਪੇਪਰ ਚੇਂਜ ਕਰਨ ਦੀ ਆਪਸ਼ਨ ਨਹੀਂ ਦਿੱਤੀ। ਇੱਕ ਗੱਲ ਜ਼ਰੂਰ ਆ ਕਿ ਫੋਨ ਭਾਵੇਂ ਚੰਗਾ ਭਾਵੇਂ ਮਾੜਾ ਪਰ ਇਸ ਫੋਨ ਦੇ ਕੈਪਟਨ ਹੱਡੀ ਰਚ ਗਿਆ ਜਿਹਨੂੰ ਕੱਟਣਾ ਬਹੁਤ ਔਖਾ। ਜੈਸ ਕਰਕੇ ਆਪਾਂ ਇਸ ਫੋਨ ਦਾ ਵਾਲਪੇਪਰ ਚੇਂਜ ਨਹੀਂ ਕਰ ਸਕਦੇ ਜੇਕਰ ਕੋਈ ਵੀਰਪਰਾ ਮੇਰੇ ਵਾਂਗ ਚਾਹੁੰਦਾ ਹੈ ਕਿ ਇਸ ਫੋਨ ਦਾ ਵਾਲਪੇਪਰ ਚੇਂਜ ਕਰਨਾ ਹੀ ਹੈ ਤਾਂ ਤਾਂ ਇੱਕ ਹੋਰ ਤਰੀਕਾ ਹੈ ਜੋ ਕਿ ਥੋੜਾ ਮੁਸ਼ਕਲ ਹੈ ਜਿਸ ਵਿੱਚ ਆਪਾਂ ਨੂੰ ਫੋਨ ਦਾ ਸੌਫਟਵੇਅਰ ਅਪਡੇਟ ਕਰਨਾ ਪਵੇਗਾ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਫੋਨ ਦਾ ਸੌਫਟਵੇਅਰ ਕਿਵੇਂ ਅਪਡੇਟ ਕਰਕੇ ਆਪਾਂ ਵਾਲਪੇਪਰ ਚੇਂਜ ਕਰ ਸਕਦੇ ਹਾਂ ਤਾਂ ਇਸ ਵੀਡੀਓ ਦੇ ਥੱਲੇ ਕਮੈਂਟ ਕਰੋ ਅਤੇ ਨਾਲ ਹੀ ਇਹ ਵੀ ਦੱਸੋ ਕਿ ਇਸ ਫੋਨ ਨੂੰ ਪ੍ਰਾਪਤ ਕਰਕੇ ਤੁਸੀਂ ਕਿੰਨੇ ਖੁਸ਼ ਹੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਵੇਖਣ ਲਈ ਤਾਂ